ਇੱਕ ਨਵੀਂ ਵੀਡੀਓ 'ਚ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਕਰਨ ਲੱਗੇ ਆਂ ਗੱਲ ਸੋਨਾਲੀਕਾ ਦੀ ਕਿਉਂਕਿ ਸੋਨਾਲੀਕਾ ਦੀ ਜੇ ਗੱਲ ਕਰੀਏ ਹੁਸ਼ਿਆਰਪੁਰ ਮੇਨ ਪਲਾਂਟ ਹੈ ਜੀ ਇਹਨਾਂ ਦਾ ਤੇ ਇਹਨਾਂ ਦੇ ਕਰਦੇ ਆਂ ਮਾਡਲਾਂ ਬਾਰੇ ਗੱਲਬਾਤ ਨਾਲੇ ਕੰਪਨੀ ਬਾਰੇ ਕੰਪਨੀ ਫੇਲ ਹੋਈ ਹੈ ਜਾਂ ਪਾਸ ਹੋਈ ਹੈ ਕੀ ਯਕੀਨੀ ਨਹੀਂ ਹੈ ਨਾ ਇਹਨਾਂ ਦੇ ਕਾਫੀ ਜਿਆਦੇ ਮਾਡਲ ਆਏ ਨੇ ਮੰਨ ਲਓ 45 ਤੋਂ ਲੈ ਕੇ 60 ਐਚਪੀ ਦੇ ਅੰਦਰ ਅੰਦਰ 55 ਐਚਪੀ 50 ਐਚਪੀ 60 ਐਚਪੀ 58 ਕੈਟਾਗਰੀ ਦਾ ਵੀ ਆਇਆ ਟਾਈਗਰ ਮਾਡਲ ਤੇ ਇਸ ਤੋਂ ਇਲਾਵਾ ਇਹ ਮੰਨ ਲਓ ਕਿੰਨਾ ਕੁ ਸਰਵਾਈਵਲ ਕੀਤਾ ਕੰਪਨੀ ਨੇ ਨਾ ਕਿੰਨਾ ਕ ਹਾਈ ਮੈਂਟੇਨੈਂਸ ਦੇ ਰਹੀ ਕੀ ਕੰਪਨੀ ਸਰਵਿਸ ਦੇ ਰਹੀ ਹੈ ਕਰਦੇ ਗੱਲਬਾਤ ਆਜੋ ਵੀਡੀਓ ਕਰਦੇ ਸ਼ੁਰੂ ਤੇ ਬਾਕੀ ਮਾਡਲਾਂ ਤੇ ਵੀ ਚਰਚਾ ਕਰਾਂਗੇ ਸੀਆਰਡੀ ਤੇ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਪਹਿਲਾਂ ਤੇ ਸੋਨਾਲੀਕਾ ਠੀਕ ਹੈ ਜੀ ਟਾਈਗਰ ਮਾਡਲ ਆ ਸਰਨਾ ਪਹਿਲਾਂ ਜਿਹੜਾ ਮਾਡਲ ਤੁਹਾਡੇ ਸਾਹਮਣੇ ਹੈ ਇਹ ਸਪੈਸ਼ਲ ਜਿਹੜਾ 4휠 ਦੇ ਵਿੱਚ ਆਇਆ ਹਨਾ ਇਹ ਮਾਡਲ ਖਾਸ ਕਰਕੇ ਇਹ ਬਣਾਈ ਸਪੈਸ਼ਲ ਕੱਦੂ ਕਰਨ ਵਾਸਤੇ ਪੜਲਿੰਗ ਜੇ ਤੁਸੀਂ ਕਰਨੀ ਹੈ ਨਾ ਇਹਨੂੰ ਚਿੱਕੜ ਚ ਵੜੀ ਜਾਓ ਖਲਾਰ ਦੋ ਖਬੋ ਦੋ ਕੋਈ ਦਿੱਕਤ ਹੀ ਕੋ ਨਹੀਂ ਹੈ ਟਰੈਕਟਰ ਨੂੰ 50 ਐਚਪੀ ਦਾ ਟਰੈਕਟਰ ਹੈ 50 ਐਚਪੀ ਦੇ ਅੰਦਰ ਆਉਂਦਾ ਜੀ ਠੀਕ ਹੈ ਹਾਈ ਲੋ మీడియం ਹੈ ਅੱਛਾ ਰਿਵਰਸ ਵੀ ਆ ਰਿਵਰਸ ਮੰਨ ਲਓ ਇਧਰਲੀ ਸਾਈਡ ਹੈ ਸ਼ਟਲ ਚੇਪਟਾਲੇ ਸਾਈਡ ਨਹੀਂਗਾ ਮੰਨ ਲਓ ਕਈ ਫੀਚਰ ਹਨ ਜਿਹੜੇ ਕੰਪਨੀ ਹਰ ਇੱਕ ਮਾਡਲ ਨੂੰ ਵੱਖਰੇ ਤਰੀਕੇ ਨਾਲ ਡਿਜ਼ਾਈਨ ਕਰਕੇ ਦੇ ਰਹੀ ਹੈ ਦੇਖੋ ਤੁਸੀਂ ਫੀਟਿੰਗ ਦੇਖੋ ਹਿੱਸਾ ਦੇਖੋ ਉਸ ਤੋਂ ਬਾਅਦ ਆਹ ਡਾਊਨ ਜਿਹੜੀ ਸ਼ਾਰਟ ਜਾਰੀ ਉਹਨੂੰ ਚੈੱਕ ਕਰੋ ਕਵਰ ਕੀਤੀ ਹੋਈ ਹੈ ਕਿਤੇ ਕੋ ਛੜਨ ਦਾ ਸਮੱਸਿਆ ਨਹੀਂ 4 ਵੀਲ ਦਾ ਗੇਅਰ ਆ ਗਿਆ ਜਮਾ ਕੋਈ ਦਿੱਕਤ ਹੀ ਨਹੀਂ ਆਉਂਦੀ ਮੈਨ ਦਿੱਕਤ ਹੀ ਨਹੀਂ ਆਉਂਦੀ ਆਈ ਪੀਟੀਓ ਹੈ ਯਾਨੀ ਕਿ ਉਹ ਆਈ ਪੀਟੀਓ ਕਹਿੰਦੇ ਡਬਲ ਕਲਚ ਜਿਹਨੂੰ ਕਹਿੰਦੇ ਨੇ ਵੱਖਰਾ ਕਲਚ ਉਹਨੂੰ ਕਹਰੇ ਸ 745 ਆ 50hp ਦਾ ਟਰੈਕਟਰ ਹੈ ਪਰ ਐਲਈਡੀ ਜਿਹੜੇ ਅਗਲੇ ਬੰਨੇ ਲਾਈਟਾਂ ਦਿੱਤੀਆਂ ਹੋਈਆਂ ਜੀ ਇਸ ਤੋਂ ਇਲਾਵਾ ਬੈਸਟ ਜੇ ਮੈਂ ਗੱਲ ਕਰਾਂ ਬੈਸਟ ਹੈ ਪਾਰਲਿੰਗ ਲਈ ਤੇ ਉਪਰਲਾ ਟਰੈਕਟਰ ਤਾਂ ਵੈਸੇ ਸੈਂਕੜੇ ਨੇ ਆਇਆ ਸੀ ਸੇਲ ਹੋਣ ਵਾਸਤੇ ਕੰਪਨੀ ਚ ਤੇ ਆਪਾਂ ਰਾਤ ਜਾ ਰਹੇ ਸੀ ਕਿਤੇ ਲੁਧਿਆਣਾ ਸਾਈਡ ਜਾਏ ਗਏ ਸੀ ਉੱਥੇ ਕਾਫੀ ਟਰੈਕਟਰ ਖੜੇ ਇਕੱਠੇ ਖੜੇ ਸੀ ਤੇ ਉੱਥੇ ਆਪਾਂ ਇਹ ਵੀਡੀਓ ਲੈ ਲਈ ਅਸੀਂ ਆਖਿਆ ਚਲੋ ਇਹਨਾਂ ਦੇ ਉੱਤੇ ਕੱਲਿਆਂ-ਕੱਲਿਆਂ ਦੇ ਉੱਤੇ ਨਾ ਥੋੜੀ ਜੀ ਚਰਚਾ ਹੋ ਜੇਗੀ ਨਾਲੇ ਲੋਕਾਂ ਦਾ ਰਿਵਿਊ ਆ ਜਾਏਗਾ ਨਾਲੇ ਆਪਾਂ ਰਿਵਿਊ ਕਰ ਦਿੰਨੇ ਠੀਕ ਹੈ ਜੀ ਐਚ ਡੀ ਐਮ ਹੈਵੀ ਡਿਊਟੀ ਮਾਈਲੇਜ ਮਾਸਟਰ ਐਵੇਂ ਜਾਂ ਹੁੰਦਾ ਕੁਝ ਤੇ 4 ਵੀਲ ਡਰਾਈਵ ਇੱਕ ਕੰਪਨੀ ਦੀ ਹੋਰ ਖਾਸियत ਦੇਖੋ ਪਹਿਲਾਂ ਕੰਪਨੀ ਦੋ ਦਿੰਦੀ ਸੀ ਆਪਣੇ ਡੀਜ਼ਲ ਫਿਲਟਰ ਠੀਕ ਹੈ ਜੀ ਤਾਂ ਹੁਣ ਕੰਪਨੀ ਨੇ ਇੱਕ ਕਰਤਾ ਯਾਨੀ ਕਿ ਖਰਚਾ ਬਚਿਆ ਆਪਣਾ ਠੀਕ ਹੈ ਇਹ ਇੱਕ ਕਰਨ ਦਾ ਕਾਰਨ ਕੀ ਨਾਲੇ ਇੱਕ ਤਾਂ ਖਾਸ ਗੱਲ ਇਹ ਆ ਇਹਦੇ ਵਿੱਚ ਜਿਹੜੀ ਮੈਂਟੇਨੈਂਸ ਹੈ ਆਪਣੀ ਉਹ ਘਟ ਗਈ ਹਨਾ ਤੇ ਦੂਸਰੀ ਗੱਲ ਇਹ ਆ ਖਰਚਾ ਘਟਾਈ ਘਟਿਆ ਤੇ ਜਿਹੜੀ ਚੀਜ਼ ਦੀ ਸਫਾਈ ਉਹ ਜ਼ਿਆਦਾ ਹੋ ਰਹੀ ਹੈ ਹਾਈ ਜਿਹੜਿਆਂ ਦੇ ਵਿੱਚ ਕੁਝ ਪਾਈ ਗਏ ਨੇ ਵੀ ਜ਼ਿਆਦਾ ਸਫਾਈ ਕਰਦਾ ਆ ਆ ਗਿਆ ਜੀ ਟਾਈਗਰ 55 ਠੀਕ ਹੈ টাইগার ਮਾਡਲ ਦੀ ਗੱਲ ਕਰਾਂ ਕਾਫੀ ਚਰਚਾ ਚ ਰਿਹਾ ਹੈ টাইগার ਮਾਡਲ ਪਿਛਲੇ ਕੁਝ ਟਾਈਮ ਦੇ ਉੱਤੇ ਕਿਉਂਕਿ ਇਹਦੀ ਜਿਹੜੀ ਸ਼ੋ ਹੈ ਨਾ ਸ਼ੋ ਕਰਕੇ ਕੁਝ ਜ਼ਿਆਦਾ ਰਿਹਾ ਹੈ ਪਲੇਟਫਾਰਮ ਚੈੱਕ ਕਰੋ 55 HP ਦਾ ਟਰੈਕਟਰ 60 ਚ ਵੀ ਮਿਲ ਜਾਂਦਾ 55 ਚ 58 ਚ ਵੀ ਕਈ ਜਿਹੜੀਆਂ ਦੀ ਸ਼ੋ ਹੈ ਕਈ ਕੈਟਾਗਰੀ ਚ ਵੈਸੇ ਚਲੋ ਇਹਦੀ ਜਿਹੜੀ ਸ਼ੋ ਬਣੀ ਹੈ ਨਾ ਕਹਿੰਦੇ ਜਿਹੜੀ ਸ਼ੋ ਦੇ ਵਿੱਚ ਹਵਾ ਵਜਦੀ ਨਾ ਡਾਇਰੈਕਟ ਉਹ ਕੂਲਿੰਗ ਜ਼ਿਆਦਾ ਰੱਖਦੀ ਆ ਕੂਲਿੰਗ ਜਿਆਦਾ ਰਹਿੰਦਾ ਕੂਲ ਜਿਆਦਾ ਰਹਿੰਦਾ ਟਰੈਕਟਰ ਬਾਕੀ ਜਿੰਨਾ ਕੋਲੇ ਹੈਗਾ ਟਰੈਕਟਰ ਉਹਨਾਂ ਨੂੰ ਪਤਾ ਗਰਮ ਹੁੰਦਾ ਕਿ ਨਹੀਂ ਹੁੰਦਾ ਹਨਾ ਲਾਈਟਾਂ ਤੁਹਾਨੂੰ ਪਤਾ ਡਿਜ਼ਾਈਨ ਜਿਹੜਾ ਥੋੜਾ ਜਿਹਾ ਵੱਖਰਾ ਦਿੱਤਾ ਇਹਨੂੰ ਤਾਂ ਟਾਈਗਰ ਮਾਡਲ ਕਹਿੰਦੇ ਨੇ ਨੋਨ ਅਡਜਸਟੇਬਲ ਹਿੱਸਾ ਸੀ 55 ਕੈਟਾਗਰੀ ਨੂੰ ਤੇ ਟਾਇਰ ਜਿਹੜੇ 14 ਸੌਰੀ 16 ਦੇ ਦਿੱਤੇ ਆ 14 ਨੇ ਕਹਰੇ 16 ਨੇ ਦਿੱਤੇ ਤੇ ਅਗਲਾ ਚ ਡੀ ਐਮ ਸਿਕੰਦਰ 235 ਐਨ ਐਮ ਟਾਰਕ ਟਾਰਕ ਤਾਂ ਇਹ ਹਾਈ ਟਾਰਕ ਵਾਲਾ ਇਹਨਾਂ ਦਾ ਆ ਗਿਆ ਵੈਸੇ ਤੇ ਟਾਰਕ ਪਲੱਸ ਮਾਡਲ ਇਹ ਵੀ ਮਿਨੀ ਸ਼ੋਅ ਚ ਹੈ 750 RX DLX ਦਾ ਮਤਲਬ ਇਹ ਆ ਜਿਹੜਾ ਇਹਨਾਂ ਨੇ ਲਿਖਿਆ ਗਲੇ ਬਨੇ ਅਡਜਸਟੇਬਲ ਹਿੱਸਾ LED ਲਾਈਟਾਂ DLX ਇਹਨਾਂ ਦਾ ਇੱਕ ਮਾਡਲ ਹੈ ਜਿੰਦੇ ਵਿੱਚ ਕੀ ਹੈ ਸੀਟ ਬਹੁਤ ਜ਼ਿਆਦਾ ਕੰਫਰਟੇਬਲ ਹੈ ਜਿਹਨੂੰ ਕਹਿ ਸਕਦੇ ਆ ਆਰਾਮਦਾਇਕ ਕਹਿ ਸਕਦੇ ਆ ਆਪਾਂ ਪੰਜਾਬੀ ਭਾਸ਼ਾ ਚ ਬਹੁਤ ਜ਼ਿਆਦਾ ਆਰਾਮਦਾਇਕ ਆ ਤਾਂ ਇਹ ਮਾਡਲ ਆ ਗਿਆ ਆਪਣਾ ਜੇ ਮੈਂ ਗੱਲ ਕਰਾਂ 235 NM ਹਾਈ ਟਾਰਕ ਵਾਲਾ ਕੱਢਿਆ ਇਹਨਾਂ ਨੇ ਸਪੈਸ਼ਲੀ ਮੰਨ ਲਓ ਜਿਹੜੀ ਟਾਰਕ ਲੈਣੀ ਹੈ ਨਾ ਤੁਸੀਂ ਇਸ ਮਾਡਲ ਜੋ ਤੁਸੀਂ ਲੈ ਸਕਦੇ ਜੀ ਇੰਨੀ ਗਾ ਐਚਪੀ ਦੇ ਅੰਦਰ ਫਿਰ ਇਹਦੇ ਇੰਡੀਕੇਟਰ ਦੇਖੋ ਜਿਵੇਂ ਸਪਾਈਡਰ ਲਾਈਟ ਆ ਰਹੀ ਹੈ ਨਾ ਇੱਕ ਨਵੀਂ ਮਾਰਕੀਟ ਦੇ ਅੰਦਰ ਉਸੇ ਤਰੀਕੇ ਦੀ ਲਾਈਟ ਦੇ ਰਹੀ ਹੈ ਉਪਰਲੀ ਸਾਈਡ ਦੇਖ ਲਓ ਹੁਣ ਇੱਧਰਲੀ ਸਾਈਡ ਦੇਖ ਲਓ ਕੰਪਨੀ ਨਾ ਹਰ ਇੱਕ ਚੀਜ਼ ਜਨਕੀ ਵੱਖਰਾ ਕੁਝ ਕਰਦੀ ਹੈ ਹਰ ਇੱਕ ਮਾਡਲ ਚ ਬਹੁਤ ਕੁਝ ਚੇਂਜਸ ਹੁੰਦੇ ਨੇ ਬਹੁਤ ਜਿਆਦਾ ਕੁਝ ਚੇਂਂਜਸ ਹੁੰਦੇ ਨੇ ਹੁਣ ਇਹਦੇ ਵਿੱਚ ਡੀਐਲਐਕਸ ਮਾਡਲ ਆ ਉਪਰਲੇ ਚ ਨਹੀਂ ਹੈਗਾ ਟਾਈਗਰ ਮਾਡਲ ਆ ਉਹ ਵੱਖਰਾ ਸਿੰਗਲ ਐਕਟਿੰਗ ਪਾਵਰ ਸਟੀਰੀਂਗ ਦੇ ਵਿੱਚ ਉਹਦੇ ਵਜੇ ਡਬਲ ਐਕਟਿੰਗ ਪਾਵਰ ਸਟੀਰੀਂਗ ਇਹ ਕੰਪੈਰੀਜ਼ਨ ਤੁਸੀਂ ਟਰੈਕਟਰ ਨੂੰ ਟਰੈਕਟਰ ਨਾਲ ਖਿਲਾੜ ਕੇ ਦੇਖ ਲਿਆ ਜੀ ਯਾਨੀ ਕਿ ਜਿਵੇਂ ਕਿਸੇ ਨੇ 55 HP ਚ ਲੈ ਜਾਂਦਾ ਕਿਸੇ ਨੇ 60 ਚ ਲੈ ਜਾਂਦਾ ਨਾ ਉਹਦੇ ਵੇਖੋ ਕਿੰਨਾ ਖਰਚਾ ਕਿੰਨਾ ਫਰਕ ਹੈ ਵੈਸੇ ਕੰਪੈਰੀਜ਼ਨ ਤਾਂ ਚੱਲਦਾ ਹੀ ਰਹਿੰਦਾ ਬਹੁਤ ਜ਼ਿਆਦਾ ਮੰਨ ਲਓ ਹਰ ਇੱਕ ਮਾਡਲ ਚ ਚੇਂਜਸ ਤੇ ਉਸ ਤੋਂ ਬਾਅਦ ਜੇ ਮੈਂ علیحد੍ਹੀ ਗੱਲ ਕਰਾਂ CRD ਦੇ ਅੰਦਰ 65 HP ਦਾ ਟਰੈਕਟਰ ਆ ਗਿਆ ਸੋਨਾਲੀਕਾ ਦਾ ਠੀਕ ਹੈ ਜੀ ਕਾਫੀ ਟਾਈਮ ਤੋਂ ਵੀ ਟ੍ਰੈਂਡਿੰਗ 'ਚ ਸੀ ਸਾਰਨਾ ਵਧੀਆ ਗੱਲ ਇਹਨਾਂ ਦੀ ਇਹ ਆ ਬੀਐਨ ਨੇ ਫੈਂਡਰ ਦਿੱਤੇ ਯਾਨੀ ਕਿ ਅਗਲੇ ਮਗਰਾਟ ਨਾਲ ਦਿੱਤੇ ਕੰਪਨੀ ਨੇ ਨਹੀਂ ਤਾਂ ਕੀ ਆ ਬਾਅਦ ਚ ਲੈਣੇ ਪੈਂਦੇ ਨੇ ਫੀਟਿੰਗ ਕਰਾਉਣੀ ਪੈਂਦੀ ਕੰਪਨੀ ਤੋਂ ਮਿਲ ਜਾਂਦੇ ਨੇ ਐਕਸਟਰਾ ਖਰਚਾ ਵੀ ਜਿਹੜਾ ਤੁਸੀਂ ਫਿੱਟ ਕਰਕੇ ਦੇ ਦੋ ਫਿਰ ਬਾਕੀ ਤੁਸੀਂ ਆ ਪੜ ਲਿਆ ਜੇ ਥੋੜਾ ਜਿਹਾ ਬੀਐਨ ਸਕਰੀਨਸ਼ਾਟ ਲੈ ਕੇ ਵੀ ਇਹਨਾਂ ਦੀ ਕੀ ਸਪੈਸੀਫਿਕੇਸ਼ਨਸ ਨੇ ਤੇ ਬਾਕੀ ਇਹਦੀ ਜਿਹੜੀ ਗੱਲ ਕਰਾਂ ਤੁਸੀਂ ਨਵੇਂ ਦੇ ਅੰਦਰ ਇੱਕ ਚੀਜ਼ ਗੌਰ ਕਰ ਰਹੇ ਨਵੇਂ ਦੇ ਅੰਦਰ ਆਪਾਂ ਪੰਪ ਪੰਪ ਨਹੀਂ ਕਹਿ ਸਕਦੇ ਆਪਾਂ ਇਹਨੂੰ ਕੀ ਕਹਿੰਦੇ ਕੋਮਨ ਰੇਲ ਇੰਡਕਸ਼ਨ ਹੁੰਦਾ ਇਹੋ ਜਿਹਾ ਕੁਝ ਉੱਥੇ ਰੰਗ ਪਟਿਆ ਪਿਆ ਨਵਾਂ ਟਰੈਕਟਰ ਦਾ ਜਿਹੜਾ ਉੱਥੋਂ ਰੰਗ ਪਟਿਆ ਪਿਆ ਇਹ ਕੰਪਨੀ ਦੀ ਗਲਤੀ ਕਹਿ ਦਾਂਗੇ ਇੱਕ ਟਾਈਪ ਦੀ ਗਲਤੀ ਬਾਕੀ ਤੁਸੀਂ ਮੀਟਰ ਤੇ ਥੋੜੀ ਝਾਤੀ ਮਾਰ ਲਓ ਤੇ ਕੰਪਨੀ ਕੀ ਕਰ ਰਹੀ ਅੱਜ ਦੇ ਟਾਈਮ ਦੇ ਵਿੱਚ ਠੇਕੇ ਤੇ ਕੰਮ ਦੇ ਰਹੀ ਹੈ ਠੀਕ ਹੈ ਇਹ ਕੰਪਨੀ ਨਹੀਂ ਤੇਰੀ ਮੈਂ ਨਾ ਹੀ ਇਹਨੂੰ ਟਾਰਗੇਟ ਕਰਦਾ ਆਹ ਇਹਦੇ ਤੇ ਮੋੜਾ ਅਗੇ ਪਾਵਰ ਨਾਰਮਲ ਹੀ ਕੋਣਾ ਸਟੈਂਡਰਡ ਜਾਂ ਕੁਝ ਵੀ ਲਾ ਲਓ ਪਾਵਰ ਵਧਾਉਣ ਵਾਸਤੇ ਕੋਸ਼ ਐਚਪੀ ਦੇ ਵਿੱਚ ਬਾਕੀ ਜਿਹੜੀਆਂ ਕੁਝ ਕੰਪਨੀਆਂ ਐ ਕਰ ਰਹੀਆਂ ਨੇ ਠੇਕੇ ਦੇ ਕੰਮ ਦੇ ਕੇ ਕਰਾਰੀਆਂ ਉਹਦੇ ਵਿੱਚ ਕਮੀਆਂ ਆ ਰਹਿ ਰਹੀਆਂ ਨੇ ਕੰਮ ਦੇ ਵਿੱਚ ਬਹੁਤ ਜਿਆਦੀਆਂ ਕਮੀਆਂ ਰਹਿ ਰਹੀਆਂ ਨੇ ਬਹੁਤ ਜਿਆਦੀਆਂ ਮੈਂ ਉੱਥੇ ਜਿਆਦਾ ਫੋਕਸ ਨਹੀਂ ਕੀਤਾ ਜੇ ਅੱਜ ਮੈਂ ਇਸੇ ਕੰਪਨੀ ਨੂੰ ਟਾਰਗੇਟ ਕਰਕੇ ਕਹਿਦਾ ਵੀ ਇਹ ਹੀ ਕੰਪਨੀ ਕਰਦੀ ਇਹ ਤਾਂ ਕੱਲ ਨੂੰ ਮੇਰੇ ਤੇ ਹੀ ਆਉਣਗੇ ਠੀਕ ਹੈ ਇਸ ਲਈ ਮੈਂ ਇਹਨੂੰ ਟਾਰਗੇਟ ਨਹੀਂ ਪਰ ਮੈਂ ਉਹਨਾਂ ਕੰਪਨੀਆਂ ਨੂੰ ਕਹਿ ਰਿਹਾ ਵੀ ਬਹੁਤ ਜ਼ਿਆਦੀਆਂ ਕੰਪਨੀਆਂ ਠੇਕੇ ਤੇ ਕੰਮ ਕਰਵਾ ਰਹੀਆਂ ਠੇਕੇ ਤੇ ਇਹ ਕੋ ਚੱਲਿਆ ਡਰਾਈਵਰ ਨਹੀਂਗਾ ਕਿਤੇ ਵੀ ਸਿਰਫ ਏਜੰਸੀ ਚ ਮੰਨ ਲਓ ਆਇਆ ਉਹਨ ਦੇ ਕਰਕੇ ਮੀ ਮੂੰ ਪਿਆਸੀ ਤੇ ਇਸੇ ਕਰਕੇ ਉਹ ਇਕਰਾਰ ਉਹ ਅਗਲੀ ਸਾਈਟ ਠੀਕ ਹੈ ਹੁਣ ਆ ਜਿਹੜਾ 4 ਵੀਲ ਦੇ ਵਿੱਚ ਵੇਖ ਲਿਆ ਇੱਕ ਤੁਸੀਂ ਉਹ ਵੇਖ ਲਿਆ ਠੀਕ ਹੈ ਜੀ ਫਰਕ ਜ਼ਰੂਰ ਹੈ ਇਹਨਾਂ ਚ ਮੁੱਖ ਹਾਸਾ ਹੀ ਫਰਕ ਨਹੀਂ ਇਹ ਵੀ ਗੱਲ ਨਹੀਂ ਗੀ 4D 에어 ਕੂਲਿੰਗ ਟਾਈਗਰ ਮਾਡਲ ਚ ਐ ਵੀ ਸਾਰਾ ਕੁਝ ਉਹੀ ਸਾਰਾ ਸੇਮ ਹੀ ਹੈ ਡੰਗਾ ਬਡੰਗਾ ਮਗਰਲੇ ਵੇਟ ਆਉਂਦੇ ਨੇ ਉਸ ਤੋਂ ਬਾਅਦ ਥੋੜਾ ਇਹ ਮਗਰੋਂ ਵੀ ਚਾਤੀ ਮਰਵਾ ਦਿੰਨੇ ਆ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕ ਆਉਂਦਾ ਹਨਾ ਇਹ ਵੈਸੇ ਤਾਂ ਆਪਣੇ ਆਉਂਦੇ ਬਿਨਾ ਹੁੰਦਾ ਹੈ ਈਪੀਆਈ ਡਰਾਈਵ ਬਿਨਾ ਜਿਹਨੂੰ ਕਹਿੰਦੇ ਨੇ ਮਗਰੋਂ ਕਰਾਰੋ ਕਰਾਰੋ ਚ ਸ਼ਤਕ ਆ ਰਹੇ ਨੇ ਹੁਣ ਇਹਨਾਂ ਦੇ ਮਾਡਲ ਯੂ ਵਗੈਰਾ ਲੱਗੀ ਹੈ ਉਸ ਤੋਂ ਬਾਅਦ ਅਗਲੇ ਬੰਨੇ ਜਿਹੜਾ ਆਪਾਂ ਵੇਖਿਆ ਮਾਡਲ ਟਾਰਕ ਪਲੱਸ ਉਹਦੀ ਗੱਲ ਕਰੀਏ ਇਹਦਾ ਜਿਹੜਾ ਗੀਅਰ ਹੈ ਪੀਟੀਓ ਕਲੱਚ ਆ ਉਹ ਦੇਖੋ ਕਿੱਥੇ ਆ ਅਗਲੇ ਮਾਡਲ ਦਾ ਵੀ ਚੈੱਕ ਕਰ ਲੈ ਜੇ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਦਾ ਹੀ ਫਾਇਦਾ ਹੁੰਦਾ ਤੁਸੀਂ ਬਾਹਰੋਂ ਜਿਹੜਾ ਰੈਮ ਸਿਲੰਡਰ ਦੀ ਥੋੜੀ ਐਡਜਸਟਮੈਂਟ ਕਰ ਸਕਦੇ ਜੇ ਲਿਫਟ ਕੈਪੈਸਿਟੀ ਵਧਾਉਣੀ ਸੋਖੀ ਕਿਸੇ ਕੋਲੇ ਮਿਸਤਰੀ ਕੋਲੇ ਜਾਣ ਦੀ ਲੋੜ ਨਹੀਂ ਬਾਹਰੋਂ ਹੀ ਆ ਚੂੜੀ ਖੋਲੀ ਹੁੰਦੀ ਕੈਪੈਸਿਟੀ ਵਧਾ ਲਈ ਟੈਸਟ ਕਰਵਾ ਕੇ ਪਰ ਕਿਸੇ ਮਿਸਤਰੀ ਤੋਂ ਕਰਵਾ ਲਓ ਜੇ ਆਪ ਨੂੰ ਇਨ ਨੌਲੇਜ ਨਹੀਂ ਤੇ ਇਹ ਗੱਲਾਂ ਹੁੰਦੀਆਂ ਨੇ ਕਿ ਅੰਦਰ ਆ ਫਿਰ ਸਾਰਾ ਟਾਪਾ ਪਟ ਕੇ ਥੋੜੀ ਜਿਹੀ ਲਿਫਟ ਕੈਪੈਸਿਟੀ ਵਧਾਉਣੀ ਵੀ ਨਵੇਂਾਂ ਦੀ ਵੀ ਵਧਾਉਣੀ ਪੈਂਦੀ ਇੱਥੇ ਕੋਈ ਚੱਕਰ ਵਾਲੀ ਗੱਲ ਨਹੀਂ ਪਰਾਣਿਆਂ ਤਾਂ ਬਦਾਉਣੀ ਪੈਂਦੀ ਠੀਕ ਹੈ ਜੀ ਇਹ ਵੀਡੀਓ ਸੀ ਸੋਨਾਂ ਲੀਕਾ ਤੇ ਬਾਕੀ ਕੁੱਝ ਕਮੀਆਂ ਤਾਂ ਹਰ ਇੱਕ ਟਰੈਕਟਰ ਚ ਹੁੰਦੀਆਂ ਮੈਂ ਗੱਲ ਕਰਾਂ ਸਵਰਾਜ ਦੀ ਸਵਰਾਜ ਚ ਵੀ ਹੋਣੀਆਂ ਸੋਨਾਂ ਲੀਕਾ ਚ ਵੀ ਹੋਣੀਆਂ ਐਂਦੀ ਵੇਖ ਲਓ ਫਿਟਿੰਗ ਪਹਿਲਾਂ ਕੰਪਨੀ ਨੇ ਇਸ ਤਰੀਕੇ ਦਿੱਤੀ ਠੀਕ ਹੈ ਜਦੋਂ ਕੰਪਨੀ ਨੂੰ ਪਤਾ ਲੱਗਾ ਵੀ ਆਪਾਂ ਸਿੱਧੀ ਵੀ ਦੇ ਸਕਦੇ ਆਂ ਵੇਖੋ ਸੋਚ ਕੇ ਬਾਅਦ ਚ ਸਿੱਧੀ ਦੇਣੀ ਸ਼ੁਰੂ ਕਰਤੀ ਕਿਉਂਕਿ ਸਿੱਧੀ ਸਪਲਾਈ ਵਿੱਚ ਡਿਗਣੀ ਸੌਖੀ ਗੱਲ ਤਾਂ ਹਰ ਇੱਕ ਟਰੈਕਟਰ ਚ ਕਮੀਆਂ ਹੁੰਦੀਆਂ ਜੋਂ ਡੀਅਰ ਹੋਲੈਂਡ ਹਰ ਇੱਕ ਚੀਜ਼ ਹੋਣੀ ਆ